ਐਪਲ ਦਾ ਨਵਾਂ ਫੋਨ ਜਿਹੜੀ ਨਵੀਂ ਸੀਰੀਜ਼ ਹੈਗੀ ਹੈ ਉਹ ਇਸ ਦਿਨ ਹੋ ਸਕਦੀ ਹੈ ਲਾਂਚ, ਮਿਲ ਸਕਦੇ ਨੇ ਜ਼ਬਰਦਸਤ ਫੀਚਰ। ਜੀ ਹਾਂ, ਐਪਲ ਦਾ ਨਵਾਂ ਫੋਨ ਆਈਫੋਨ ਬਾਜ਼ਾਰ ਵਿੱਚ ਆਉਣ ਵਾਲਾ ਹੈ। ਅਗਲੇ ਮਹੀਨੇ ਨਵੀਂ ਆਈਫੋਨ ਦੀ 16 ਸੀਰੀਜ਼ ਲਾਂਚ ਕੀਤੀ ਜਾਵੇਗੀ। ਇਸ ਨਵੀਂ ਸੀਰੀਜ਼ 'ਚ ਲਾਂਚਿੰਗ ਦੀ ਤਰੀਕ ਅਜੇ ਤਾਂ ਛੋਹ ਨਹੀਂ ਹੋਈ, ਲੇਕਿਨ ਸੋਸ਼ਲ ਮੀਡੀਆ ਉੱਤੇ ਜਿਹੜੀ ਹੈਗੀ ਆ ਲੀਕ ਜ਼ਰੂਰ ਹੋ ਚੁੱਕੀ ਹੈਗੀ ਆ। ਤੁਹਾਨੂੰ ਦੱਸ ਦਈਏ ਆਈਫੋਨ 16 ਵਿੱਚ ਤਕਰੀਬਨ ਜਿਹੜੇ ਕਿ ਬਹੁਤ ਸਾਰੇ ਫਿਊਚਰ ਜਿਹੜੇ ਆ ਰਹੇ ਨੇ। 12 ਸਤੰਬਰ ਨੂੰ 2023 ਨੂੰ ਆਈਫੋਨ 15 ਸੀਰੀਜ਼ ਲਾਂਚ ਕੀਤੀ ਗਈ ਸੀ ਅਤੇ 2022 ਦੇ ਵਿੱਚ ਵੀ ਆਈਫੋਨ 14 ਜਿਹੜੀ ਸੀਰੀਜ਼ ਸੀਗੀ ਉਹ 7 ਸਤੰਬਰ ਨੂੰ ਆਈ ਸੀ ਕਿ ਲਾਂਚ ਕਰਨ ਵਾਲਾ ਜਿਹੜਾ ਪੋਸਟਰ ਪਹਿਲਾਂ ਹੀ ਲੀਕ ਹੋ ਚੁੱਕਾ ਹੈਗਾ। ਤੁਹਾਨੂੰ ਦੱਸ ਦਈਏ ਕਿ ਐਕਸ ਯੂਜ਼ਰ ਕਈ ਲੋਕਾਂ ਨੇ ਜਿਹੜੀ ਹੈਗੀ ਹੈ ਪੋਸਟ ਨੂੰ ਸ਼ੇਅਰ ਕੀਤਾ ਹੈਗਾ ਆ। ਪੋਸਟਰ ਨੂੰ ਅਨੁਸਾਰ ਨਵੀਂ ਆਈਫੋਨ 16 ਦੀ ਸੀਰੀਜ਼ ਜਿਹੜੀ ਹੈਗੀ ਆ 10 ਤਰੀਕ ਦੇ ਆਸ ਪਾਸ ਲਾਂਚ ਹੋ ਸਕਦੀ ਹੈਗੀ ਆ। ਬਹੁਤ ਵਧੀਆ ਨਵੇਂ ਫਿਊਚਰ ਇਸ ਦੇ ਵਿੱਚ ਆਏ ਗਏ ਨੇ। 16 ਸੀਰੀਜ਼ ਵਿੱਚ iOS 18 ਆਪਰੇਟਿੰਗ ਸਿਸਟਮ ਮਿਲ ਸਕਦਾ ਹੈਗਾ ਆ। ਐਪਲ ਇੰਟੈਲੀਜੈਂਟਸ ਦਾ ਇੰਟੀਗ੍ਰੇਸ਼ਨ ਦੀ ਦੇਖਣ ਨੂੰ ਵੀ ਮਿਲ ਸਕਦਾ ਹੈਗਾ ਇਸ ਸੀਰੀਜ਼ ਵਿੱਚ। ਡਿਵਾਈਸ ਅਤੇ ਡਿਜ਼ਾਈਨ ਵਿੱਚ ਵੱਡਾ ਬਦਲਾਅ ਦੇਖਿਆ ਗਿਆ ਹੈਗਾ ਕਿ ਆਈਫੋਨ ਅਤੇ ਆਈਫੋਨ 16 ਪਲੱਸ ਦੀ ਲੁੱਕ ਇੱਕੋ ਜਿਹੀ ਹੋ ਸਕਦੀ ਹੈ, ਜਦਕਿ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦੀ ਡਿਜ਼ਾਇਨ ਪਿਛਲੇ ਸਾਲ ਦੇ ਮਾਡਲ ਵਰਗਾ ਹੋ ਸਕਦਾ ਹੈਗਾ। ਕੁਛ ਨਵੇਂ ਫਿਊਚਰ ਨਾਲ ਜੋੜੇ ਜਾ ਗਏ ਨੇ ਉਹ ਨਾਲ ਨਾਲ ਇਸ ਵਾਰ ਮਾਡਲਾਂ ਦੀ ਡਿਸਪਲੇ ਪਿਛਲੇ ਸਾਲ ਦੇ ਆਈਫੋਨ 15 ਤੋਂ ਵੱਡੀ ਹੋ ਸਕਦੀ ਹੈਗੀ ਆ। ਆਈਫੋਨ 16 ਅਤੇ ਆਈਫੋਨ 16 ਪਲੱਸ 6.1 ਇੰਚ ਅਤੇ 6.7 ਇੰਚ ਦੀ ਡਿਸਪਲੇ ਮਿਲ ਸਕਦੀ, ਉੱਤੇ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਵਿੱਚ 6.3 ਅਤੇ 6.9 ਦੀ ਡਿਸਪਲੇ ਮਿਲ ਸਕਦੀ ਹੈ। ਮਤਲਬ ਨਵੇਂ ਫਿਊਚਰ ਜਿਹੜੇ ਹੈਗੇ ਆ ਉਹ ਵਿੱਚ ਜੋੜੇ ਗਏ ਗਏ ਨੇ। ਤੁਹਾਨੂੰ ਕਿਵੇਂ ਦਾ ਲੱਗਦਾ ਪਿਆ ਇਹ ਫੋਨ ਜਲਦ ਹੀ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਹੈਗਾ ਇਹ ਲਾਂਚ ਕਰ ਦਿੱਤਾ ਜਾਏਗਾ, ਔਰ ਜਿਨ੍ਹਾਂ ਨੂੰ ਅਜੇ ਇੰਤਜ਼ਾਰ ਹੈਗਾ ਸੀ ਆਈਫੋਨ 16 ਦਾ ਉਹਨਾਂ ਦੇ ਇੰਤਜ਼ਾਰ ਦੀ ਘੜੀਆਂ ਖਤਮ ਹੋ ਚੁੱਕੀਆਂ।